ਇਹ ਕੁੜੀਆਂ ਕਪੂਰਥਲਾ ਦੇ ਸਰਕਾਰੀ ਸਕੂਲ ਦੀਆਂ ਨੇ ਜੋ ਹੁਣ ਭੂੰਡ ਆਸ਼ਕਾਂ ਨੂੰ ਸਬਕ ਸਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਨੇ, ਕਿਉਂਕਿ ਇਹਨਾਂ ਕੁੜੀਆਂ ਨੂੰ ਸਕੂਲ ਆਉਣ ਤੇ ਜਾਣ ਸਮੇਂ ਰਾਹ 'ਚ ਸ਼ਰੇਆਮ ਭੂੰਡ ਆਸ਼ਕ ਛੇੜਛਾੜ ਕਰਦੇ ਅਤੇ ਭੱਦੇ ਭੱਦੇ ਕਮੈਂਟ ਵੀ ਕਰਦੇ ਸਨ। ਇਹਨਾਂ ਸੜਕ ਛਾਪ ਮਜਨੂਆਂ ਤੋਂ ਛੁਟਕਾਰਾ ਦਿਵਾਉਣ ਦੇ ਮਕਸਦ ਨਾਲ ਸਕੂਲ 'ਚ ਇਹਨਾਂ ਧੀਆਂ ਨੂੰ ਖਾਸ ਟ੍ਰੇਨਿੰਗ ਦਿੱਤੀ ਗਈ ਹੈ। ਹੋਰ ਤਾਂ ਹੋਰ, ਮਿਰਚਾਂ ਵਾਲਾ ਸਪਰੇਅ ਵੀ ਇਹਨਾਂ ਕੁੜੀਆਂ ਦੇ ਬੈਗਾਂ 'ਚ ਪਵਾ ਦਿੱਤਾ ਗਿਆ, ਜਿਸ ਨਾਲ ਕੁੜੀਆਂ ਵੱਲ ਗਲਤ ਨਜ਼ਰ ਕਰਨ ਵਾਲੀਆਂ ਅੱਖਾਂ ਜਲ ਜਾਣਗੀਆਂ। ਇਸ ਕਰਕੇ ਸਾਨੂੰ ਫਾਇਦਾ ਹੋਗਾ ਕਿ ਸਾਡੇ ਰਸਤੇ 'ਚ ਕੋਈ ਗੈਰ ਮੁੰਡੇ ਵਗੈਰਾ ਜੋ ਛੇੜਦੇ ਆ ਜਾਂ ਸਾਨੂੰ ਪਰੇਸ਼ਾਨ ਕਰਦੇ ਆ, ਅਸੀਂ ਉਹਨਾਂ ਦੇ ਪਹਿਲਾਂ ਅੱਖਾਂ 'ਚ ਸਪਰੇ ਮਾਰਾਂਗੇ, ਹੈ ਨਾ। ਜੋ ਨਹੀਂ ਸਾਨ ਤੇ ਫਿਰ ਅਸੀਂ ਉਹਨਾਂ ਦੇ ਹੱਥ ਪਾਈ ਕਰਾਂਗੇ ਤੇ ਅਸੀਂ ਉਹਨਾਂ ਦਾ ਸਾਹਮਣਾ ਕਰਾਂਗੇ ਜੇ ਕਿ ਉਹ ਅਗਲੇ ਵਾਰ 'ਤੇ ਸਾਨੂੰ ਕੋਈ ਤੰਗ ਨਾ ਕਰ ਸਕੇ। ਜੇਕਰ ਸਾਨੂੰ ਕੋਈ ਰਸਤੇ 'ਚ ਕੋਈ ਮੁੰਡਾ ਤੰਗ ਕਰੇਗਾ ਤਾਂ ਉਸ ਉੱਤੇ ਅਸੀਂ ਇਹ ਸਪਰੇ ਛਿੜਕ ਸਕਦੇ ਹਾਂ। ਜੇਕਰ ਫਿਰ ਵੀ ਸਪਰੇ ਨੇ ਨਾ ਕੰਮ ਬਣਿਆ ਤਾਂ ਉਸ ਅਸੀਂ ਮਾਸਟਰ ਆਰਟ ਨਾਲ ਉਸਨੂੰ ਆਪਣਾ ਬਚਾਅ ਕਰ ਸਕਦੇ ਹਾਂ ਮਾਸਟਰ ਆਰਟ ਦੀ ਟ੍ਰੇਨਿੰਗ ਨਾਲ। ਇਸ ਕਰਕੇ ਮੈਂ ਮਾਸਟਰ ਆਰਟ ਦੀ ਟ੍ਰੇਨਿੰਗ ਦਿੱਤੀ। ਜਦੋਂ ਪਹਿਲਾਂ ਜੇ ਸਾਹਮਣਾ ਕਰੂਗਾ ਤਾਂ ਸਪਰੇ ਪਾਊਂਗੀ, ਜੇ ਸਪਰੇ ਦੇ ਨਾਲ ਨਹੀਂ ਹੋਗਾ ਤਾਂ ਫਿਰ ਮੈਂ ਕਰਾਟਿਆਂ ਦੇ ਨਾਲ ਕਰੂੰਗੀ। ਮੇਰਾ ਵੀ ਫਾਇਦਾ, ਬਾਕੀਆਂ ਦਾ ਵੀ ਫਾਇਦਾ ਹੋਊਗਾ ਇਸ ਨਾਲ। ਠੀਕ। ਉਧਰ ਕੁੜੀਆਂ ਨੂੰ ਮਿਲੀ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਨੂੰ ਦੇਖ ਡੀਸੀ ਕਪੂਰਥਲਾ ਵੀ ਕਾਫੀ ਖੁਸ਼ ਨਜ਼ਰ ਆਏ। ਅੱਜ ਤੁਸੀਂ ਦੇਖੋ ਅਸੀਂ ਕੁੜੀਆਂ ਦੇ ਸਕੂਲ ਖੜ੍ਹੇ ਹਾਂ ਔਰ ਇੱਥੇ ਜ਼ਿਲ੍ਹਾ ਸਿੱਖਿਆ ਅਫਸਰ, ਪ੍ਰਿੰਸੀਪਲ ਮੈਡਮ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਇਹ ਬੱਚੀਆਂ ਤਕਰੀਬਨ 500-600 ਬੱਚੀਆਂ ਇੱਥੇ ਬੈਠੀਆਂ ਨੇ। ਇਹਨਾਂ ਨੂੰ ਅਸੀਂ ਇਹੀ ਗੱਲ ਕਹੀ ਹੈ ਕਿ ਦੋ ਤਰੀਕੇ ਨਾਲ ਤਾਕਤ ਲਿਆ ਸਕਦੀ ਹੈ ਆਪਣੀ ਲੜਕੀ। ਪਹਿਲੀ ਤਾਕਤ ਹੈ ਕਿ ਇੱਕ ਸੈਲਫ ਡਿਫੈਂਸ, ਅੱਜ ਮਾਰਸ਼ਲ ਆਰਟ ਦਾ ਅਸੀਂ ਐਗਰੀਮੈਂਟ ਕਰਵਾਤਾ ਔਰ ਉਹ ਸਾਰਾ ਸਰਕਾਰ ਵੱਲੋਂ ਵੀ ਆਉਂਦੇ ਨੇ ਪੈਸੇ, ਪ੍ਰਾਈਵੇਟ ਵੀ ਅਸੀਂ ਕਰਾਤਾ ਹੈ, ਬਾਕੀ ਜਿਹੜੇ 8-9 ਮਹੀਨੇ ਨਹੀਂ ਆਉਂਦੇ ਉਹ ਇਹ ਬੱਚੀਆਂ, ਹਰ ਬੱਚੀਆਂ ਨੇ ਪ੍ਰੋਮਿਸ ਕੀਤਾ ਡੀ ਸੀ ਨਾਲ ਕਿ ਜੀ ਅਸੀਂ ਹਰ ਪ੍ਰਾਈਵੇਟ ਆਪਣਾ ਮਾਰਸ਼ਲ ਆਰਟ ਖੁਦ ਆਪਣੇ ਪੈਰਾਂ 'ਤੇ ਖੜੀਆਂ ਹੋਵਾਂਗੀਆਂ, ਮਜਾਲ ਆ ਕੋਈ ਮੁੰਡਾ ਛੇੜ ਜਾਵੇ। ਨੰਬਰ 2, ਅਸੀਂ ਇਹਨਾਂ ਨੂੰ ਇੱਕ ਪੈਪਰ ਸਪਰੇ ਯਾਨੀ ਕਿ ਮਿਰਚ ਦਾ ਸਪਰੇ, ਹਰ ਲੜਕੀ, ਮੈਂ ਤਾਂ ਕਹਿੰਦਾ ਹਰ ਲੜਕੀ ਆਪਣੀ ਜੇਬ 'ਚ, ਆਪਣੇ ਪਰਸ ਵਿੱਚ, ਆਪਣੇ ਬੈਗ ਵਿੱਚ ਰੱਖੇ ਔਰ ਉਹ ਮੁੰਡੇ ਨੂੰ ਕੈਡ ਹੋਵੇ ਕਿ ਵੀ ਇਹ ਕੁੜੀ ਨੂੰ ਨਹੀਂ ਮੈਂ ਛੇੜਨਾ, ਔਰ ਜੇ ਛੇੜਿਆ ਉਹ ਪੈਪਰ ਸਪਰੇ ਨੋਰਮਲ ਸੇਫ ਹੈ, ਟੈਂਪਰਲੀ ਮੁੰਡੇ ਨੂੰ ਉਹ 5-10 ਮਿੰਟ ਫਟੀਗ ਵਾਲਾ ਕਰ ਦੇਗੀ, ਉਸ ਤੋਂ ਬਾਅਦ ਹੀ ਇਜ਼ ਓਕੇ, ਬਟ ਇਹ ਹੈ ਕਿ ਲੜਕੀ 'ਚ ਇੱਕ ਪ੍ਰਵੈਂਸ਼ਨ ਹੈ। ਸੋ ਇਹ ਹੈ ਕਿ ਆਪਣੇ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਨੋ ਡਾਊਟ ਪੁਲਿਸ ਇਜ਼ ਦੇਅਰ, ਸਾਡੀ ਸਰਕਾਰ ਦੀ ਡਿਊਟੀ ਹੈ ਉਹਨੂੰ ਪ੍ਰੋਟੈਕਟ ਕਰਨਾ, ਬਟ ਪ੍ਰਵੈਂਸ਼ਨ ਇੱਕ ਪਹਿਲਾ ਪਾਰਟ ਹੈ। ਪੁਲਿਸ ਹਰ ਘਰ 'ਚ ਨਹੀਂ ਖੜੀ ਹੋ ਸਕਦੀ, ਹਰ ਥਾਂ 'ਤੇ ਕੁੜੀ ਦੇ ਨਾਲ ਨਹੀਂ ਹੋ ਸਕਦੀ, ਬਟ ਅਸੀਂ ਉਹਨਾਂ ਨੂੰ ਪਹਿਲਾਂ ਆਪ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਹੈ, ਇੱਕ ਅੱਜ ਪੈਪਰ ਸਪਰੇ ਨਾਲ, ਇੱਕ ਮਾਰਸ਼ਲ ਆਰਟ ਨਾਲ, ਦੂਜਾ ਇਹਨਾਂ ਦੀ ਕਾਬਲੀਅਤ ਜਿਹੜੀ ਇਹ ਇੰਟੈਲੀਜੈਂਸ ਨਹੀਂ ਬਣ ਜਾਣ, ਇੰਨੇ ਅਹੁਦੇ 'ਤੇ ਬਣ ਜਾਣ, ਕੋਈ ਜਿਸਨੇ ਪੁਲਿਸ ਜਾਣਾ ਹੈ, ਕਿਸੇ ਨੇ ਅਫਸਰ ਬਣਨਾ ਹੈ, ਕਿਸੇ ਨੇ ਲੀਡਰ ਬਣਨਾ ਹੈ, ਇਲਾਕੇ ਦੀ ਹੈੱਡ ਬਣਨਾ ਹੈ, ਕੋਈ ਵੀ ਚੀਜ਼ ਬਣਨੀ ਹੈ ਆਪਣੀ ਇੰਟੈਲੀਜੈਂਸ ਕਰਨ। ਅੱਜ ਮੈਂ ਇਹਨਾਂ ਤੋਂ ਪ੍ਰੋਮਿਸ ਲਿੱਤਾ ਹੈ ਕਿ ਜਿੰਨੇ ਘੰਟੇ ਇਹ ਪੜ੍ਹਦੀਆਂ 2 ਘੰਟੇ ਐਕਸਟਰਾ ਹੋਰ ਪੜ੍ਹਨਗੀਆਂ। ਸੋ ਹੁਣ ਕੁੜੀਆਂ ਮਗਰ ਗੇੜੇ ਲਾਉਣ ਵਾਲੇ ਭੂੰਡ ਆਸ਼ਕ ਸਮਝ ਜਾਣ, ਨਹੀਂ ਤਾਂ ਫਿਰ ਆਪਣੀ ਹੱਡੀਆਂ ਤੁੜਵਾਉਣ ਅਤੇ ਅੱਖਾਂ ਜਲਾਉਣ ਲਈ ਤਿਆਰ ਰਹਿਣ। ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ।